देख सकते हो गुड्डियां दा मौसम भी आ ही गया है। किन्ने लोकी आस पास गुड्डे डा रहे ने पर अहीं नहीं डा रहे। कल डावांगे ते कल तुहानू व्लॉग भी आ जाएगा गुड्डियां दा भी ਤੇ ਕੱਲ ਜਨਮਦਿਨ ਵੀ ਹੈਗਾ ਮੁੰਡੇ ਦਾ ਉਹ ਵੀ ਆ ਜਾਏਗਾ। ਦੇਖਿਆ ਸਬਸਕ੍ਰਾਈਬ ਕਰ ਲਓ। ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡਾ ਸ਼ਹਿਰ ਕਿੱਡਾ ਵੱਡਾ ਹੈ। ਜਿੱਥੋਂ ਤੱਕ ਮਰਜ਼ੀ ਜ਼ੂਮ ਕਰਕੇ ਵੇਖ ਲਓ ਆ ਜਿੱਥੋਂ ਤੱਕ ਮਰਜ਼ੀ ਸਾਰੇ ਕਿਤੇ ਆਪਾਂ ਲੁਕ ਸਕਦੇ ਆ। ਸੋ ਆਪਾਂ ਕਰਨਾ ਹੈ ਇੰਜਾ ਵੀ ਆਪਾਂ ਨਾ ਇੱਕ ਸਟੋਰੀ ਪਾਣੀ ਆ ਇੰਸਟਾ ਤੇ ਹਿੰਟ ਵਾਂਗੂ ਵੀ ਤਾਂ ਕਿ ਜਿਹੜਾ ਲੁਕਣ ਜਾਏਗਾ ਐਗਜ਼ੈਕਟ ਲੋਕੇਸ਼ਨ ਨਹੀਂ ਦੱਸਣੀ ਭੇਲੀ ਵਾਂਗੂ। ਸੋ ਗਾਇਜ਼ ਹੁਣ ਅਸੀਂ ਪੰਜ ਜਣੇ ਆ ਗਏ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਬਗਾਟਾ ਕਰਨ ਲੱਗੇ ਆ। ਦੋ ਜਣੇ ਲੁਕਣਗੇ ਤਿੰਨ ਜਣੇ ਲੱਭਣਗੇ ਤੇ ਤੁਸੀਂ ਅੱਗੇ ਵਲੌਗ ਚ ਵੇਖਦੇ ਰਿਹਾ ਕੀ ਹੁੰਦਾ। ਬਸ ਅੱਗੇ ਦੇਖ ਲਓ। ਹੁਣ ਗਾਇਸ ਅਸੀਂ ਬਗਾਟਾ ਕਰਨ ਲੱਗੇ ਆ। ਬਗਾਟਾ ਕੱਲਾ ਚੱਲ ਨਿਕਲ। ਨਹੀਂ ਨਹੀਂ ਤਿੰਨ ਅਸੀਂ ਤਿੰਨ ਤੁਸੀਂ ਦੋ ਠੀਕ ਆ। ਤੁਸੀਂ ਲੁਕੋਗੇ ਅਸੀਂ ਲੱਭਾਂਗੇ ਠੀਕ ਆ। ਤੂੰ ਆਪਦਾ ਫੋਨ ਇਹਨੂੰ ਦੇ ਤੇ ਇਹ ਇਹਦੇ ਤੇ ਬਣਾਊਗਾ ਆਪਾਂ ਇਹਦੇ ਤੇ ਬਣਾਵਾਂਗੇ ਠੀਕ ਹੈ। ਹੁਣ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਾਂ ਦਾ ਵਿਊ। ਚੱਲ ਕਰੀਏ ਸ਼ੁਰੂ। ਗਾਇਸ ਹੁਣ ਅਸੀਂ ਦੋਨੇ ਕਿਤੇ ਲੁਕਣ ਜਾ ਰਹੇ ਹਾਂ ਦੇਖ ਰਹੇ ਹਾਂ ਕੋਈ ਆਪਾਂ ਥਾਂ ਲੱਭ ਲਈਏ ਪਹਿਲਾਂ ਆਪਣਾ ਆਪਾਂ ਆਪਣੇ ਘਰ ਤੋਂ ਦੂਰ ਹੋ ਜਾਈਏ ਹਨਾ। ਹੁਣ ਗਾਇਸ ਯੁਵਰਾਜ ਹਰੀ ਚਲੇ ਗਏ ਨੇ ਲੁਕਣ ਤੇ ਅਸੀਂ ਹੁਣ ਚੱਲੇ ਉਹਨਾਂ ਨੂੰ ਲੱਭਣ। ਮਤਲਬ ਪਹਿਲਾਂ ਤਾਂ ਸਟੋਰੀ ਪਾਣਗੇ ਅਸੀਂ ਇੱਥੇ ਵਿਹਲੇ ਹੀ ਖੜੇ ਹਾਂ। ਗਾਇਸ ਹੁਣ ਆਪਾਂ ਦੇਖ ਲਓ ਲੋਕੇਸ਼ਨ ਤੇ ਆ ਗਏ ਹਾਂ ਤੇ ਹੁਣ ਆਪਾਂ ਇੱਕ ਫੋਟੋ ਖਿੱਚਾਂਗੇ ਤੇ ਉਹਨਾਂ ਨੂੰ ਪਾਵਾਂਗੇ। ਸਟੋਰੀ ਤਾਂ ਨਹੀਂ ਅਸੀਂ ਸੋਚਿਆ ਪਾਣੀ ਅਸੀਂ ਸੋਚਿਆ ਵੀ ਆਪਾਂ ਨਾ ਫੋਟੋ ਸੈਂਡ ਕਰ ਦਿੰਦੇ ਹਾਂ ਖਿੱਚ ਕੇ ਤੇ ਉਹ ਫੋਟੋ ਨੂੰ ਟਰੈਕ ਕਰਦੇ ਹੋਏ ਆਣਗੇ ਤੇ ਚਲੋ ਹੁਣ ਅਸੀਂ ਨਾ ਵੇਟ ਕਰ ਰਹੇ ਕਦੋਂ ਉਹਨਾਂ ਦੀ ਫੋਟੋ ਆਏਗੀ ਤੇ ਅਸੀਂ ਲੱਭੀਏ ਉਹਨਾਂ ਨੂੰ ਹਾਂ ਤੇ ਅਸੀਂ ਇੱਥੇ ਬੱਸ ਅੱਡੇ ਦੇ ਕੋਲ ਹੀ ਖੜੇ ਹੋਏ ਹਾਂ। 2000 years later ਹੁਣ ਆਪਾਂ ਫੋਟੋ ਦਿੱਤੀ ਹੈ ਪੇਜ ਤੇ ਹੁਣ ਆਪਾਂ ਉਹਨਾਂ ਨੂੰ ਡੀਕ ਰਹੇ ਆ ਵੀ ਉਹ ਕਦੋਂ ਆਣਗੇ ਤੇ ਚਲੋ ਫਿਰ ਉਹਨਾਂ ਚ ਆਪਾਂ ਫੋਟੋਆਂ ਖਿੱਚ ਲੈਣੇ ਥੋੜੀਆਂ ਬਹੁਤ। ਹੁਣ ਗਾਇਸ 2000 ਸਾਲ ਬਾਅਦ ਇਹਨੇ ਫੋਟੋ ਭੇਜੀ ਹੈ ਯੁਵਰਾਜ ਸਿੰਘ ਨੇ ਤੇ ਵੇਖੋ ਵੈਸੇ ਤਾਂ ਸਾਨੂੰ ਵੇਖੀ ਵੇਖੀ ਲੱਗ ਚੱਲ ਗਿਆ ਪਤਾ ਮੈਨੂੰ ਤਾਂ ਯਾਰ ਮੈਨੂੰ ਤਾਂ ਚੱਲ ਗਿਆ ਚੱਲ ਵੇਖਦੇ ਹਾਂ ਉੱਥੇ ਜਾ ਕੇ ਵੇਖਦੇ ਹਾਂ ਕਿਤੇ ਲੁਕੇ ਹੋਣਗੇ ਮੇਰੇ ਮੱਲੇ ਤੇ ਜਾ ਕੇ ਗਾਰਡ ਕਰਨ ਲਈ ਇਹਨਾਂ ਦੇ ਘਰ ਦੇ ਕੋਲ ਹੀ ਜਾ ਯਾਰ। ਸੋ ਗਾਇਸ ਹੁਣ ਆਪਾਂ ਜਿਵੇਂ ਉਹਨਾਂ ਨੂੰ ਫੋਟੋ ਭੇਜਦੀ ਸੀਗੀ ਤੇ ਹੁਣ ਪਤਾ ਨਹੀਂ ਲੋਕੇਸ਼ਨ ਲੱਭ ਰਹੇ ਹੋਣੇ ਆ। ਚੱਲ ਪਤਾ ਨਹੀਂ ਕਿੱਥੇ ਹੋਣਗੇ ਇਸ ਟਾਈਮ ਬਟ ਆ ਜਾਣਗੇ ਜਲਦੀ ਵੇਖਦੇ ਹਾਂ ਕਿੱਥੇ ਆ। ਗਾਇਸ ਆਹ ਗਲੀ 'ਚ ਹੈਗਾ ਇਹਦਾ ਘਰ ਤੇ ਇਹਦੇ ਨਾਲ ਹੀ ਸਿੱਧਾ ਜਾ ਕੇ ਸੱਜੇ ਪਾਸੇ ਲੁਕੇ ਨੇ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ ਲੋਕੇਸ਼ਨ ਅਸੀਂ ਵੀ ਅੱਗੇ ਪਾਰਕ ਨਹੀਂ ਹੈਗਾ। ਹਾਂ ਹੈਗਾ ਪਾਰਕ ਉੱਥੇ ਟੈਂਟ ਲੱਗੇ। ਹਾਂ ਠੀਕ ਹੈ ਚੱਲਦੇ ਇੱਕ ਤਾਂ ਗਾਇਸ ਵਿਆਹ ਬਣੇ ਹਾਂਜੀ ਗਾਇਸ ਇੱਕ ਤਾਂ ਵਿਆਹ ਬਣੇ ਆਏ ਗੱਲ ਸਹੀ ਹੈ ਜਿਹੜੀ ਗਲੀ ਜਾਈਏ ਟੈਂਟ ਟੁੰਟ ਲੱਗੇ ਹੁੰਦੇ ਨੇ ਬੜੇ ਘਰਾਂ 'ਚ ਤੇ ਕਨਫਿਊਜ਼ਨ ਬੜੀ ਹੁੰਦੀ ਵੀ ਹੁਣ ਲੱਭਣ ਜਾ ਹੀ ਰਹੇ ਹਾਂ ਬਸ ਇੰਨਾ ਪਤਾ ਲੱਗ ਗਿਆ ਇਹ ਫੋਟੋ ਖਿੱਚੀ ਤਾਂ ਲੈਂਡਸਕੇਪ ਦੀ ਹੋਈ ਹੈ ਹਨਾ ਸਾਹਮਣੇ ਜਗਰਾਤੇ ਦੀ ਪਈ ਹੁਣ ਗਾਇਸ ਅਸੀਂ ਇਹਨਾਂ ਨੂੰ ਲੱਭ ਤਾਂ ਲਿੱਤਾ ਹੋਇਆ ਤੇ ਹੁਣ ਵਾਰੀ ਹੈਗੀ ਸਾਡੀ ਲੁਕਣ ਦੀ ਆਹੀ ਆ ਜਤਿਨ ਤੇ ਮੈਂ ਹੁਣ ਅਸੀਂ ਲੁਕਾਂਗੇ ਤੇ ਆ ਦੋਨੇ ਸਾਨੂੰ ਲੱਭਣਗੇ ਤੇ ਚਲੋ ਬਹੁ ਯਾਰ ਬੈ ਤੂੰ ਵੀ ਬੈ ਗਾਣੇ ਬੰਦ ਕਰੋ ਏ ਐਸੇ ਮੈਂ ਬੜਾ ਸਖਤ ਲਾਉਂਦਾ ਸੋ ਗਾਇਸ ਹੁਣ ਉਹਨਾਂ ਨੇ ਲੱਭ ਲਿਆ ਆ ਆਪਾਂ ਨੂੰ ਤੇ ਹੁਣ ਆਪਣੀ ਵਾਰੀ ਹੈ ਹੁਣ ਉਹ ਲੁਗੇ ਹੋਏ ਨੇ ਤੇ ਹੁਣ ਆਪਾਂ ਲੱਭਣਾ ਹੈ ਆਪਾਂ ਜਿਵੇਂ ਲੱਭਣਾ ਠੀਕ ਹੈ ਹਾਂ ਜਿਵੇਂ ਆਪਾਂ ਨੂੰ ਫੋਟੋ ਆਈ ਹੈ ਕਿ ਨਾ ਤੇ ਉਵੇਂ ਆਪਾਂ ਉਹਨਾਂ ਨੂੰ ਲੱਭਾਂਗੇ ਠੀਕ ਹੈ ਤੇ ਬਸ ਅੱਗੇ ਵੇਖਦੇ ਰਹੋ ਸਾਡਾ ਵਲੌਗ ਤੇ ਐਵੇਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ। ਹੁਣ ਗਾਇਸ ਅਸੀਂ ਆ ਲੋਕੇਸ਼ਨ ਤੇ ਆਏ ਆ ਆ ਪੇੜ ਪੂੜ ਜਿਹੇ ਹੈਗੇ ਇੱਧਰ ਵਿਵੇਕ ਦਾ ਘਰ ਹੈ
ਤੇ ਆਪਾਂ ਇੱਥੇ ਇੱਕ ਫੋਟੋ ਖੇਡਦੇ ਵੇਖਦੇ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਕਿਉਂਕਿ ਨਾਲ ਹੀ ਹਾਂ ਡੇਲੀ ਆਉਣਾ ਜਾਣਾ ਵੇਖਦੇ ਹਾਂ ਪਤਾ ਲੱਗਦਾ ਕਿ ਨਹੀਂ ਚਲੋ ਖੇ ਕੇ ਵੇਖਦੇ ਹਾਂ ਬਸ ਅਸੀਂ ਅਜੇ ਡਿੱਕੀ ਜਾ ਰਹੇ ਹਾਂ ਪਰ ਫੋਟੋ ਨਹੀਂ ਆਈ ਅਜੇ ਤੱਕ ਪਤਾ ਨਹੀਂ ਕਿੱਥੇ ਜੀ ਲੁਕ ਜਾਂਦੇ ਨੇ ਅਜੇ ਵੀ ਪਹੁੰਚੇ ਨਹੀਂ ਗਏ ਹੁਣ ਅਸੀਂ ਸਕੀਮ ਲਾਈ ਆ 10 ਮਿੰਟ ਬਾਅਦ ਚੋਂ ਭੇਜਾਂਗੇ ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਨੇੜੇ ਤੇੜੇ ਹੀ ਨੇ ਉਹਨਾਂ ਦੇ ਉੱਥੋਂ ਨਿਕਲੇ ਤੇ ਹੁਣੇ ਹੀ ਆਪਾਂ ਫੋਟੋ ਪਾ ਦੀ ਹਨਾ ਤੇ 10 ਮਿੰਟ ਰੁਕਦੇ ਹੁਣ पता लग गया तानू पता लग गया फोटो भेजी ही अच्छा सियाना फिर चल सारे फैन हो गए ने सारे थले कठे हो सारे हाय हाय करो बसा ते आए सानू किन्ने लोकी मिलना पर आपां नहीं मिलना अज